ਵਿਆਹ 'ਚ ਜਾ ਰਹੇ ਨੌਜਵਾਨਾਂ ਦੀ ਕਾਰ ਵੜ ਗਈ ਤਲਾਬ 'ਚ। ਗੱਡੀ 'ਚ ਫਸ ਕੇ ਇੱਕ ਨੌਜਵਾਨ ਦੀ ਹੋ ਗਈ ਮੌਤ। ਲੋਕਾਂ ਨੇ ਦੂਸਰੇ ਸਾਥੀ ਨੂੰ ਬਚਾਇਆ ਖਿੱਚ ਕੇ। ਤਾਂ ਦੱਸਦੀ ਹੈ ਕਿ ਬੀਤੀ ਰਾਤ ਸੰਘਣੀ ਧੁੰਦ ਦੇ ਕਾਰਨ ਇੱਕ ਵੱਡਾ ਹਾਦਸਾ ਹੋ ਗਿਆ, ਜਿੱਥੇ ਮਰੂਤੀ ਦੇ ਵਿੱਚ ਸਵਾਰ ਦੋ ਨੌਜਵਾਨ ਵਿਆਹ ਦੇ ਵਿੱਚ ਸ਼ਾਮਿਲ ਹੋਣ ਜਾਂਦੇ ਨੇ ਤਾਂ ਗੱਡੀ ਦਾ ਸੰਤੁਲਨ ਖੋ ਦਿੰਦੇ ਨੇ, ਜਿਸ ਤੋਂ ਬਾਅਦ ਉਹਨਾਂ ਦੀ ਗੱਡੀ ਤਲਾਬ ਦੇ ਵਿੱਚ ਵੜ ਜਾਂਦੀ ਹੈ ਅਤੇ ਗੱਡੀ ਦੇ ਵਿੱਚ ਨੌਜਵਾਨ ਫਸ ਜਾਂਦੇ ਨੇ, ਜਿਸ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ। ਜਦਕਿ ਦੂਸਰੇ ਸਾਥੀ ਨੂੰ ਮੌਕੇ 'ਤੇ ਪਿੰਡ ਵਾਲਿਆਂ ਵੱਲੋਂ ਕਿਸੇ ਤਰੀਕੇ ਨਾਲ ਰੱਸੀ ਨਾਲ ਖਿੱਚ ਕੇ ਬਾਹਰ ਕੱਢ ਲਿਆ ਜਾਂਦਾ ਅਤੇ ਉਸਦੀ ਜਾਨ ਬਚ ਜਾਂਦੀ ਹੈ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਦੇਰ ਰਾਤ ਕਰੀਬ 1:30 ਵਜੇ ਚੀਕਾਂ ਦੀ ਆਵਾਜ਼ ਸੁਣਦੀ ਹੈ, ਜਿਸ ਤੋਂ ਬਾਅਦ ਉਹ ਟੋਰਚ ਲੈ ਕੇ ਤਲਾਬ ਕੋਲ ਜਾਂਦੇ ਨੇ ਤਾਂ ਦੇਖਿਆ ਜਾਂਦਾ ਕਿ ਇੱਕ ਸ਼ਖਸ ਜਿਹੜਾ ਗੱਡੀ ਦੇ ਉੱਤੇ ਖੜ੍ਹਾ ਹੈ ਅਤੇ ਉਸਦੀ ਗੱਡੀ ਡੁੱਬ ਰਹੀ ਹੁੰਦੀ ਹੈ ਅਤੇ ਉਹ ਛੱਤ 'ਤੇ ਖੜ੍ਹ ਕੇ ਨੌਜਵਾਨ ਮਦਦ ਦੀ ਗੁਹਾਰ ਲਗਾ ਰਿਹਾ ਹੁੰਦਾ ਹੈ। ਤਾਂ ਪਿੰਡ ਵਾਲਿਆਂ ਨੇ ਉਸਦੀ ਮਦਦ ਕਰਨ ਲਈ ਤੁਰੰਤ ਰੱਸੀ ਦਾ ਬੰਦੋਬਸਤ ਕੀਤਾ ਅਤੇ ਨੌਜਵਾਨ ਨੂੰ ਤਲਾਬ 'ਚੋਂ ਬਾਹਰ ਕੱਢ ਲਿਆ। ਪਰ ਸ਼ਾਇਦ ਉਹ ਨਸ਼ੇ ਦੇ ਵਿੱਚ ਸੀ, ਇਸ ਗੱਲ ਦੀ ਉਸਨੂੰ ਜਾਣਕਾਰੀ ਨਹੀਂ ਸੀ ਕਿ ਉਸਦਾ ਦੂਸਰਾ ਸਾਥੀ ਪਾਣੀ ਦੇ ਵਿੱਚ ਡੁੱਬ ਰਿਹਾ, ਜੋ ਕਿ ਕਾਰ ਦੇ ਅੰਦਰ ਫਸਿਆ ਹੋਇਆ ਸੀ। ਤਾਂ ਦੱਸਦੇ ਕਿ ਪੂਰਾ ਮਾਮਲਾ ਰੋਹਤਕ ਤੋਂ ਸਾਹਮਣੇ ਆਇਆ, ਜਿੱਥੇ ਪਿੰਡ ਵਾਲਿਆਂ ਨੇ ਇਸ ਘਟਨਾ ਬਾਰੇ ਜਾਣਕਾਰੀ ਪੁਲਿਸ ਨੂੰ ਦਿੱਤੀ ਅਤੇ ਪਿੰਡ ਵਾਲਿਆਂ ਨੇ ਟਰੈਕਟਰ ਆਦਿ ਬੁਲਾ ਕੇ ਕਿਸੇ ਤਰੀਕੇ ਨਾਲ ਤਲਾਬ ਦੇ ਵਿੱਚੋਂ ਉਸ ਕਾਰ ਨੂੰ ਬਾਹਰ ਕੱਢਿਆ। ਪਰ ਦੂਸਰਾ ਨੌਜਵਾਨ ਕਾਰ ਦੇ ਵਿੱਚ ਫਸਿਆ ਰਹਿ ਗਿਆ, ਜਿਸ ਕਾਰਨ ਉਸਦੀ ਮੌਤ ਹੋ ਜਾਂਦੀ ਹੈ। ਤਾਂ ਦੱਸਦੇ ਕਿ ਮਾਮਲਾ ਰੋਹਤਕ ਤੋਂ ਸਾਹਮਣੇ ਆਇਆ ਸੀ, ਜਿੱਥੇ ਵਿਆਹ ਦੇ ਪ੍ਰੋਗਰਾਮ ਦੇ ਵਿੱਚ ਜਾ ਰਹੇ ਸੀ ਇਹ ਨੌਜਵਾਨ ਅਤੇ ਇਹਨਾਂ ਦੇ ਨਾਲ ਵੱਡਾ ਹਾਦਸਾ ਵਾਪਰ ਜਾਂਦਾ। ਵਿਆਹ 'ਚ ਜਾ ਰਹੇ ਨੌਜਵਾਨਾਂ ਦੀ ਕਾਰ ਵੜ ਗਈ ਤਲਾਬ 'ਚ। ਗੱਡੀ 'ਚ ਫਸ ਕੇ ਇੱਕ ਨੌਜਵਾਨ ਦੀ ਹੋ ਗਈ ਮੌਤ। ਲੋਕਾਂ ਨੇ ਦੂਸਰੇ ਸਾਥੀ ਨੂੰ ਬਚਾਇਆ ਖਿੱਚ ਕੇ। ਤਾਂ ਦੱਸਦੀ ਹੈ ਕਿ ਬੀਤੀ ਰਾਤ ਸੰਘਣੀ ਧੁੰਦ ਦੇ ਕਾਰਨ ਇੱਕ ਵੱਡਾ ਹਾਦਸਾ ਹੋ ਗਿਆ, ਜਿੱਥੇ ਮਰੂਤੀ ਦੇ ਵਿੱਚ ਸਵਾਰ ਦੋ ਨੌਜਵਾਨ ਵਿਆਹ ਦੇ ਵਿੱਚ ਸ਼ਾਮਿਲ ਹੋਣ ਜਾਂਦੇ ਨੇ ਤਾਂ ਗੱਡੀ ਦਾ ਸੰਤੁਲਨ ਖੋ ਦਿੰਦੇ ਨੇ, ਜਿਸ ਤੋਂ ਬਾਅਦ ਉਹਨਾਂ ਦੀ ਗੱਡੀ ਤਲਾਬ ਦੇ ਵਿੱਚ ਵੜ ਜਾਂਦੀ ਹੈ ਅਤੇ ਗੱਡੀ ਦੇ ਵਿੱਚ ਨੌਜਵਾਨ ਫਸ ਜਾਂਦੇ ਨੇ, ਜਿਸ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ। ਜਦਕਿ ਦੂਸਰੇ ਸਾਥੀ ਨੂੰ ਮੌਕੇ 'ਤੇ ਪਿੰਡ ਵਾਲਿਆਂ ਵੱਲੋਂ ਕਿਸੇ ਤਰੀਕੇ ਨਾਲ ਰੱਸੀ ਨਾਲ ਖਿੱਚ ਕੇ ਬਾਹਰ ਕੱਢ ਲਿਆ ਜਾਂਦਾ ਅਤੇ ਉਸਦੀ ਜਾਨ ਬਚ ਜਾਂਦੀ ਹੈ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਦੇਰ ਰਾਤ ਕਰੀਬ 1:30 ਵਜੇ ਚੀਕਾਂ ਦੀ ਆਵਾਜ਼ ਸੁਣਦੀ ਹੈ, ਜਿਸ ਤੋਂ ਬਾਅਦ ਉਹ ਟੋਰਚ ਲੈ ਕੇ ਤਲਾਬ ਕੋਲ ਜਾਂਦੇ ਨੇ ਤਾਂ ਦੇਖਿਆ ਜਾਂਦਾ ਕਿ ਇੱਕ ਸ਼ਖਸ ਜਿਹੜਾ ਗੱਡੀ ਦੇ ਉੱਤੇ ਖੜ੍ਹਾ ਹੈ ਅਤੇ ਉਸਦੀ ਗੱਡੀ ਡੁੱਬ ਰਹੀ ਹੁੰਦੀ ਹੈ ਅਤੇ ਉਹ ਛੱਤ 'ਤੇ ਖੜ੍ਹ ਕੇ ਨੌਜਵਾਨ ਮਦਦ ਦੀ ਗੁਹਾਰ ਲਗਾ ਰਿਹਾ ਹੁੰਦਾ ਹੈ। ਤਾਂ ਪਿੰਡ ਵਾਲਿਆਂ ਨੇ ਉਸਦੀ ਮਦਦ ਕਰਨ ਲਈ ਤੁਰੰਤ ਰੱਸੀ ਦਾ ਬੰਦੋਬਸਤ ਕੀਤਾ ਅਤੇ ਨੌਜਵਾਨ ਨੂੰ ਤਲਾਬ 'ਚੋਂ ਬਾਹਰ ਕੱਢ ਲਿਆ। ਪਰ ਸ਼ਾਇਦ ਉਹ ਨਸ਼ੇ ਦੇ ਵਿੱਚ ਸੀ, ਇਸ ਗੱਲ ਦੀ ਉਸਨੂੰ ਜਾਣਕਾਰੀ ਨਹੀਂ ਸੀ ਕਿ ਉਸਦਾ ਦੂਸਰਾ ਸਾਥੀ ਪਾਣੀ ਦੇ ਵਿੱਚ ਡੁੱਬ ਰਿਹਾ, ਜੋ ਕਿ ਕਾਰ ਦੇ ਅੰਦਰ ਫਸਿਆ ਹੋਇਆ ਸੀ। ਤਾਂ ਦੱਸਦੇ ਕਿ ਪੂਰਾ ਮਾਮਲਾ ਰੋਹਤਕ ਤੋਂ ਸਾਹਮਣੇ ਆਇਆ, ਜਿੱਥੇ ਪਿੰਡ ਵਾਲਿਆਂ ਨੇ ਇਸ ਘਟਨਾ ਬਾਰੇ ਜਾਣਕਾਰੀ ਪੁਲਿਸ ਨੂੰ ਦਿੱਤੀ ਅਤੇ ਪਿੰਡ ਵਾਲਿਆਂ ਨੇ ਟਰੈਕਟਰ ਆਦਿ ਬੁਲਾ ਕੇ ਕਿਸੇ ਤਰੀਕੇ ਨਾਲ ਤਲਾਬ ਦੇ ਵਿੱਚੋਂ ਉਸ ਕਾਰ ਨੂੰ ਬਾਹਰ ਕੱਢਿਆ। ਪਰ ਦੂਸਰਾ ਨੌਜਵਾਨ ਕਾਰ ਦੇ ਵਿੱਚ ਫਸਿਆ ਰਹਿ ਗਿਆ, ਜਿਸ ਕਾਰਨ ਉਸਦੀ ਮੌਤ ਹੋ ਜਾਂਦੀ ਹੈ। ਤਾਂ ਦੱਸਦੇ ਕਿ ਮਾਮਲਾ ਰੋਹਤਕ ਤੋਂ ਸਾਹਮਣੇ ਆਇਆ ਸੀ, ਜਿੱਥੇ ਵਿਆਹ ਦੇ ਪ੍ਰੋਗਰਾਮ ਦੇ ਵਿੱਚ ਜਾ ਰਹੇ ਸੀ ਇਹ ਨੌਜਵਾਨ ਅਤੇ ਇਹਨਾਂ ਦੇ ਨਾਲ ਵੱਡਾ ਹਾਦਸਾ ਵਾਪਰ ਜਾਂਦਾ।